ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਬਦ ਗੁਰੂ ਯਾਤਰਾ ਰਾਤ ਇੰਦੌਰ ਰੁਕ ਕੇ ਅਗਲੇ ਪੜਾਅ ਲਈ ਰਵਾਨਾ ਹੋਈ ਹੈ। ਇਹ ਯਾਤਰਾ 5 ਦਿਨ ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਘੁੰਮਦੀ ਹੋਈ ਅੱਗੇ ਵਧੇਗੀ। ਇਸ ਯਾਤਰਾ ਦੀ ਅੱਜ ਉਜੈਨ ਵਿਖੇ ਸਮਾਪਤੀ ਹੋਵੇਗੀ। ਸੰਗਤਾਂ ਦੇ ਭਾਰੀ ਇਕੱਠ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਵਾਹਿਗੁਰੂ ਦਾ ਜਾਪ ਕਰਦਾ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ। ਜੋ ਵੀ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਪ੍ਰਮੰਦਰ ਕਮੇਟੀ ਗੁਰਦੁਆਰਾ ਸਿੰਘ ਨਾਮ ਜੀ ਰਾਜ ਸਾਹਿਬ ਵੱਲੋਂ ਸੰਪਾ ਲੈਣ ਦੀ ਕਿਰਪਾ ਦਾ ਕੱਲ ਜੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਗ੍ਰੰਥੀ ਸਿੰਘ ਜੀ ਨੂੰ ਵੀ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਗੁਰਦੁਆਰਾ ਸਿੰਘ ਨਾਮ ਜੀ ਰਾਜ ਸਾਹਿਬ ਵੱਲੋਂ ਸੰਪਾ ਲੈਣ ਦੀ ਕਿਰਪਾ ਦਾ ਕੱਲ ਜੀ
ਬਖਸ਼ਿਸ਼ ਚੰਗੀ ਗੱਲਾਂ ਦਾ ਜੀਵਨ ਬਖਸ਼ਣ ਅਸੀਂ ਅਰਦਾਸ ਗੁਰਦੁਆਰਾ ਸਾਹਿਬ ਦੇ ਸਾਰੇ ਸਵਾਲਾਂ ਦੇ ਵਜੋਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਾਰਿਆਂ ਦੇ ਦਾਇਰਾ ਹੋ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਣ ਸਾਹਿਬ